ਹੁਣ ਤੁਹਾਨੂੰ ਫਿਰ ਤੋਂ ਲੈ ਚਲਾਂਗੇ ਜੀ ਕਸੌਲੀ ਦੀ ਠੰਡੀ ਵਾਦੀਆਂ ਦੇ ਵਿੱਚ ਜਿੱਥੇ ਹੋ ਰਿਹਾ ਸੀਗਾ ਖੁਸ਼ਵੰਤ ਸਿੰਘ ਲਿਟ ਫੈਸਟ 2019 ਜਿਹਦੀ ਸੀਗੀ ਇਹ 8th ਐਡੀਸ਼ਨ ਤੇ ਅੱਜ ਤੁਹਾਨੂੰ ਮਿਲਾਉਣੇ ਇੱਕ ਹੋਰ ਐਮੀਨੈਂਟ ਆਥਰ ਦੇ ਨਾਲ ਨਾਮ ਜਿਨ੍ਹਾਂ ਦਾ ਤਵਲੀਨ ਸਿੰਘ ਜੀ ਆਓ ਜੀ ਚੱਲਦੇ ਹਾਂ ਫਿਰ ਅੱਠਵਾਂ ਐਡੀਸ਼ਨ ਹੈ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਦਾ ਅਤੇ ਪ੍ਰੋਮੀਨੈਂਟ ਪਰਸਨੈਲਿਟੀਜ਼ ਇਸ ਵਿੱਚ ਸ਼ਿਰਕਤ ਕਰਨ ਆਉਂਦੇ ਨੇ ਸਾਡੇ ਨਾਲ ਵੈਲ ਨੋਨ ਔਥਰ ਨੇ ਰਾਈਟਰ ਨੇ ਤਵਲੀਨ ਸਿੰਘ ਜੀ ਜੀ ਆਇਆਂ ਨੂੰ ਮੈਮ ਫਸਟ ਆਫ ਆਲ ਤੁਹਾਡਾ ਇੱਕ ਪਰਸਨਲ ਇਨਕਾਊਂਟਰ ਜੋ ਖੁਸ਼ਵੰਤ ਸਿੰਘ ਜੀ ਨਾਲ ਰਿਹਾ ਹੋਏ ਕੋਈ ਉਹਨਾਂ ਨਾਲ ਜੁੜੀ ਕੋਈ ਮੈਮਰੀ ਤੁਸੀਂ ਸ਼ੇਅਰ ਕਰਨਾ ਚਾਹੋ ਖਾਸ ਅੱਛਾ ਮੈਂ ਸੈਸ਼ਨ ਵਿੱਚ ਵੀ ਕਿਹਾ ਸੀਗਾ ਤੁਸੀਂ ਸੀਗੇ ਸਾਡਾ ਰਿਸ਼ਤਾ ਸ਼ੁਰੂ ਹੋਇਆ ਹੈ ਜਦੋਂ ਯਾਨੀ ਕਿ ਖਰਾਬੀ ਨਾਲ ਸ਼ੁਰੂ ਹੋਇਆ ਸੀ ਕਿਉਂਕਿ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਉਦੋਂ ਮੈਂ ਜਰਨਲਿਸਟ ਸੀਗੀ ਮੈਂ ਸਿਰਫ ਜਰਨਲਿਜ਼ਮ ਸਿੱਖ ਰਹੀ ਸੀਗੀ ਅਤੇ ਮੈਂ ਆਰਟੀਕਲ ਭੇਜਿਆ ਇਹਨਾਂ ਨੂੰ ਇਲਸਟ੍ਰੇਟਿਵ ਵੀਕਲੀ ਦੇ ਐਡੀਟਰ ਹੁੰਦੇ ਸੀ ਉਸ ਵੇਲੇ ਅਤੇ ਰਿਜੈਕਟ ਹੋ ਗਿਆ ਬਿਨਾਂ ਕੋਈ ਚਿੱਠੀ ਆਈ ਬਿਨਾਂ ਕੋਈ ਮਸ਼ਵਰਾ ਕੁਛ ਵੀ ਨਹੀਂ ਅਤੇ ਫਿਰ ਬਾਅਦ ਵਿੱਚ ਜਦੋਂ ਮੈਂ ਥੋੜ੍ਹੀ ਜਿਹੀ ਪ੍ਰੋਮੀਨੈਂਟ ਹੋ ਗਈ ਹਾਂ ਜਰਨਲਿਜ਼ਮ ਦੇ ਵਿੱਚ ਅਤੇ ਉਹਨਾਂ ਨੇ ਮੇਰੇ ਕਈ ਆਰਟੀਕਲਸ ਪੜ੍ਹੇ ਨੇ ਅਤੇ ਫਿਰ ਮੈਂ ਮਿਲੀ ਹਾਂ ਜਦੋਂ ਸ਼ਾਇਦ ਇਹ ਹਿੰਦੁਸਤਾਨ ਟਾਈਮਸ ਦੇ ਐਡੀਟਰ ਬਣ ਗਏ ਸੀਗੇ ਅਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਸਾਡਾ ਬਹੁਤ ਇਹਨਾਂ ਸੁਝਾਅ ਕੀ ਨਾਂ ਸੀ ਨਾ ਸੋਭਾ ਸਿੰਘ ਅਤੇ ਮੇਰੇ ਨਾਨਾ ਵਿਸਾਖਾ ਸਿੰਘ ਇਕੱਠੇ ਹੁੰਦੇ ਸੀਗੇ ਨਾਲ ਰਹਿੰਦੇ ਹੁੰਦੇ ਸੀ ਜਦੋਂ ਦਿੱਲੀ ਨਈ ਦਿੱਲੀ ਜਦੋਂ ਬਣ ਰਹੀ ਸੀਗੀ ਇਹ ਠੇਕੇਦਾਰ ਸੀਗੇ ਸਾਰੇ ਪੰਜ ਸਿੱਖ ਠੇਕੇਦਾਰ ਸੀਗੇ ਅਤੇ ਇਹਨਾਂ ਵਿੱਚੋਂ ਇਹ ਜੋ ਦੋ ਸੀਗੇ ਇਹਨਾਂ ਦੀ ਬੜੀ ਦੋਸਤੀ ਸੀਗੀ ਅਤੇ ਇਹਨਾਂ ਨੇ ਮੈਨੂੰ ਦੱਸਿਆ ਖੁਸ਼ਵੰਤ ਨੇ ਕਿ ਇੱਕ ਉਹ ਸੀਕਰਟ ਜਿਹਾ ਦਰਵਾਜ਼ਾ ਹੁੰਦਾ ਸੀਗਾ ਦੀਵਾਰ ਦੇ ਵਿੱਚ ਜਦੋਂ ਇਹ ਚੁੱਪਕੇ ਜ ਜਾ ਕੇ ਉਹਨਾਂ ਨੂੰ ਮਿਲਦੇ ਸੀ ਅਤੇ ਬਿਨਾਂ ਉਹਨਾਂ ਦੀ ਫੈਮਿਲੀ ਨੂੰ ਦੱਸੇ ਅਤੇ ਫਿਰ ਉਸ ਤੋਂ ਕਰਕੇ ਇਹ ਹੋਇਆ ਜਦੋਂ ਮੈਂ ਕਿਤਾਬ ਲਿਖਣੀ ਸੀਗੀ ਕਸ਼ਮੀਰ 'ਤੇ ਮੈਂ ਕਿਤਾਬ ਲਿਖ ਦਿੱਤੀ ਸੀਗੀ ਅਤੇ ਕੋਈ ਪਬਲਿਸ਼ ਕਰਨ ਨੂੰ ਤਿਆਰ ਨਹੀਂ ਸੀਗਾ ਜਿਸ ਤਰ੍ਹਾਂ ਹੁੰਦਾ ਹੈ ਨਵਾਂ ਜਦੋਂ ਔਥਰ ਹੁੰਦਾ ਹੈ ਅਤੇ ਇਸ ਤਰ੍ਹਾਂ ਹੁੰਦਾ ਅਕਸਰ ਉਹਨਾਂ ਨਾਲ ਅਤੇ ਖੁਸ਼ਵੰਤ ਉਸ ਵੇਲੇ ਕੰਸਲਟੈਂਟ ਸੀਗੇ ਪੈਨਗੁਇਨ ਪਬਲਿਸ਼ਿੰਗ ਹਾਊਸ 'ਤੇ ਖੁਸ਼ਵੰਤ ਨੇ ਡੇਵਿਡ ਦਾਵੀਦਾਰ ਨੂੰ ਬੁਲਾ ਕੇ ਕਿਹਾ ਇਹਦੀ ਕਿਤਾਬ ਛਾਪਣੀ ਹੈ ਅਤੇ ਇੱਕ ਤਰਫ ਤਾਂ ਮੈਨੂੰ ਮੇਰੀ ਉਹ ਮੈਮਰੀ ਹੈ ਕਿ ਉਹਨਾਂ ਨੇ ਮੈਨੂੰ ਜਰਨਲਿਜ਼ਮ ਵਿੱਚ ਆਉਣ ਤੋਂ ਤਕਰੀਬਨ ਰੋਕਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਨਹੀਂ ਸੀਗੀ ਪਰ ਉਹ ਹਾਦਸਾ ਇਸ ਤਰ੍ਹਾਂ ਹੋਇਆ ਅਤੇ ਦੂਸਰੀ ਤਰਫ ਮੈਂ ਆਪਣੀ ਪੂਰੀ ਕਰੀਅਰ ਨੂੰ ਮੈਂ ਮੰਨਦੀ ਹਾਂ ਐਜ਼ ਅ ਰਾਈਟਰ ਕਿ ਖੁਸ਼ਵੰਤ ਨਹੀਂ ਹੁੰਦੇ ਤਾਂ ਸ਼ਾਇਦ ਮੈਂ ਕਦੀ ਨਾ ਲਿਖਦੀ ਇੱਕ ਜਿਹੜਾ ਉਹਨਾਂ ਦੀ ਪਰਸਨੈਲਿਟੀ ਦਾ ਟ੍ਰੇਟ ਸਾਹਮਣੇ ਆਉਂਦਾ ਕਿ ਜੱਜ ਔਨ ਦ ਬੇਸਿਸ ਆਫ ਮੈਰਿਟ ਤੁਹਾਨੂੰ ਲੱਗਦਾ ਕਿ ਸਟਿਲ ਇਟ ਪ੍ਰੀਵੇਲਸ ਅੱਜ ਦੇ ਜਰਨਲਿਜ਼ਮ ਦੇ ਵਿੱਚ ਜਾਂ ਜੋ ਅੱਜ ਦੇ ਮਾਹੌਲ ਦੇ ਵਿੱਚ ਨਹੀਂ ਉਸ ਤੋਂ ਵੀ ਵੱਡੀ ਗੱਲ ਉਹਨਾਂ ਦੇ ਵਿੱਚ ਇਹ ਸੀਗੀ ਕਿ ਮੈਂਟਰ ਕਰਦੇ ਹੁੰਦੇ ਸੀਗੇ ਜਦੋਂ ਵੀ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਨਵਾਂ ਜਰਨਲਿਸਟ ਹੈ ਜਿਸ ਨੂੰ ਮੌਕਾ ਨਹੀਂ ਮਿਲ ਰਿਹਾ ਜਿਸਨੂੰ ਮਦਦ ਦੀ ਜ਼ਰੂਰਤ ਹੈ ਕਰਦੇ ਹੁੰਦੇ ਸੀਗੇ ਅਤੇ ਅੱਜ ਕੱਲ੍ਹ ਮੇਰੇ ਜ਼ਮਾਨੇ ਦੇ ਜਿਹੜੇ ਜਰਨਲਿਸਟ ਨੇ ਉਹਨਾਂ ਵਿੱਚੋਂ ਤੁਹਾਨੂੰ ਇੱਕ ਵੀ ਨਹੀਂ ਮਿਲੇਗਾ ਸ਼ਾਇਦ ਜੋ ਮੈਂਟਰ ਕਰਨ ਨੂੰ ਤਿਆਰ ਹੈ ਸਭ ਲੱਗੇ ਹੋਏ ਨੇ ਜੀ ਟੀ ਵੀ 'ਤੇ ਅਸੀਂ ਆਪੇ ਹੀ ਆਉਣਾ ਹੈ ਹਾਂ ਅਤੇ ਮੈਨੂੰ ਸ਼ਰਮ ਆਉਂਦੀ ਹੈ ਟੀ ਵੀ 'ਤੇ ਆਉਣ ਦੀ ਕਿਉਂਕਿ ਉਹ ਮੇਰੀ ਹੁਣ ਉਮਰ ਨਹੀਂ ਹੈ ਐਂਕਰ ਕਰਨ ਦੀ ਪਰ ਮੇਰੀ ਉਮਰ ਦੇ ਜਿਹੜੇ ਐਂਕਰ ਨੇ ਛੱਡਣ ਨੂੰ ਤਿਆਰ ਨਹੀਂ ਹੈਗੇ ਅਤੇ ਮੈਂਟਰ ਕਰਨ ਵਾਲੇ ਮੇਰੇ ਜਨਰੇਸ਼ਨ ਦੇ ਜੋ ਜਿੰਨੇ ਵੀ ਜਰਨਲਿਸਟ ਨੇ ਉਹਨਾਂ ਵਿੱਚ ਤੁਹਾਨੂੰ ਇੱਕ ਵੀ ਖੁਸ਼ਵੰਤ ਨਹੀਂ ਮਿਲੇਗਾ ਅਤੇ ਇੱਕ ਤੁਸੀਂ ਉਹਨਾਂ ਨਾਲ ਜੁੜੀ ਜਿਹੜੀ ਹੈ ਗੱਲ ਸ਼ੇਅਰ ਕੀਤੀ ਹੈ ਇੱਦਾਂ ਵੀ ਹੁੰਦਾ ਸੀ ਕਿ ਕਦੇ ਉਹ ਕੁਝ ਅਜਿਹੀ ਗੱਲ ਕਹਿ ਦਿੰਦੇ ਸੀ ਜਿਹੜੀ ਉਸ ਵੇਲੇ ਤੋਂ ਦਿਲ ਨੂੰ ਚੁਭੀ ਹੋਵੇ ਪਰ ਬਾਅਦ ਵਿੱਚ ਜਾ ਕੇ ਅਹਿਸਾਸ ਹੋਇਆ ਹੋਵੇ ਕਿ ਨਹੀਂ ਇਹ ਜੋ ਇਹਨਾਂ ਨੇ ਗੱਲ ਕਹੀ ਉਹ ਵਾਕਈ ਇਹਦੇ ਵਿੱਚ ਕੋਈ ਮਤਲਬ ਸੀ ਇਹਦਾ ਕੋਈ ਮਕਸਦ ਸੀ ਨਹੀਂ ਮੇਰਾ ਉਹਨਾਂ ਦੇ ਨਾਲ ਕਦੀ ਇਹ ਐਕਸਪੀਰੀਅੰਸ ਨਹੀਂ ਰਿਹਾ ਮੈਨੂੰ ਜਦੋਂ ਵੀ ਮਿਲਦੇ ਸੀ ਕਹਿੰਦੇ ਸੀ ਕਿ ਬੜੀ ਸੋਹਣੀ ਲੱਗ ਰਹੀ ਹੈ ਜਾਂ ਕੋਈ ਕੰਪਲੀਮੈਂਟ ਹੀ ਦੇ ਦਿੰਦੇ ਸੀਗੇ ਜਾਂ ਕਿਸੇ ਆਰਟੀਕਲ ਦੇ ਬਾਰੇ ਵਿੱਚ ਕਹਿ ਦਿੰਦੇ ਸੀ ਅਤੇ ਜਦੋਂ ਥੋੜ੍ਹਾ ਜਿਹਾ ਜੇ ਇਖਤਲਾਫ ਜੋ ਜੇ ਅਗਰ ਹੋਇਆ ਸੀ ਅਤੇ ਜਦੋਂ ਐਮਰਜੈਂਸੀ ਦੇ ਵਿੱਚ ਇਹਨਾਂ ਨੇ ਸੰਜੇ ਗਾਂਧੀ ਦਾ ਸਮਰਥਨ ਕੀਤਾ ਸੀ
ਮੈਨੂੰ ਬਹੁਤ ਬੁਰਾ ਲੱਗਿਆ ਸੀ ਕਿਉਂਕਿ ਮੈਨੂੰ ਲੱਗਿਆ ਕਿ ਇੰਨਾ ਵੱਡਾ ਐਡੀਟਰ ਐਮਰਜੈਂਸੀ ਦਾ ਸਮਰਥਨ ਕਰ ਰਿਹਾ ਖੁੱਲ੍ਹ ਕੇ, ਉਹ ਵੀ ਇਲਸਟ੍ਰੇਟਰ ਵੀਕਲੀ, ਉਸ ਵੇਲੇ ਤਾਂ ਇੱਕੋ ਹੀ ਮੈਗਜ਼ੀਨ ਹੁੰਦੀ ਸੀ ਅੰਗਰੇਜ਼ੀ ਦੀ, ਬਲਕਿ ਹਿੰਦੀ ਵਿੱਚ ਵੀ ਬਹੁਤ ਘੱਟ ਹੁੰਦੀਆਂ ਸੀ, ਅਤੇ ਮੈਂ ਜਦੋਂ ਪੁੱਛਦੀ ਸੀ ਤਾਂ ਹੱਸ ਦਿੰਦੇ ਸੀਗੇ। ਪਰ ਮੈਨੂੰ ਸਭ ਤੋਂ ਅੱਛੀ ਗੱਲ ਉਸ ਵੇਲੇ ਲੱਗੀ ਜਦੋਂ 84 ਬਲੂ ਸਟਾਰ ਦੇ ਬਾਅਦ ਇਹਨਾਂ ਨੇ ਆਪਣੇ ਸਾਰੇ ਅਵਾਰਡ ਵਾਪਸ ਕਰਤੇ। ਹਾਂ, ਉਦੋਂ ਉਸ ਵੇਲੇ ਮੈਨੂੰ ਲੱਗਿਆ, ਮੈਨੂੰ ਅਹਿਸਾਸ ਹੋਇਆ ਕਿ ਉੱਪਰੋਂ ਤਾਂ ਬੜਾ ਮਜ਼ਾਕੀਆ ਚਰਿੱਤਰ ਜਿਹਾ ਬਣਾਉਂਦੇ ਹੁੰਦੇ ਸੀਗੇ, ਲੇਕਿਨ ਥੱਲੇ ਬੜੇ ਸੀਰੀਅਸ ਬੰਦੇ ਸੀਗੇ, ਔਰ ਸੀਰੀਅਸ ਮੁੱਦਾ ਜਦੋਂ ਆਉਂਦਾ ਸੀ ਤਾਂ ਕਦੀ ਵੀ ਪਿੱਛੇ ਨਹੀਂ ਹਟਦੇ ਸੀਗੇ। ਅਤੇ ਤੁਹਾਡਾ ਜੋ ਲਿਟਰੇਚਰ ਫੈਸਟੀਵਲ ਦਾ ਐਕਸਪੀਰੀਅੰਸ ਰਿਹਾ, ਇਹ ਫਸਟ ਟਾਈਮ ਤੁਹਾਡਾ ਆਉਣਾ ਹੋਇਆ, ਇਸ ਤੋਂ ਪਹਿਲੇ ਵੀ ਤੁਸੀਂ ਆਏ ਹੋ? ਮੈਂ ਕਦੀ ਨਹੀਂ ਆਈ ਹਾਂ, ਮੈਂ ਪਹਿਲੀ ਵਾਰ ਆਈ ਹਾਂ, ਅਤੇ ਦੁਬਾਰਾ ਮੈਂ ਕਦੀ ਨਹੀਂ ਆਉਣਾ ਕਿਉਂਕਿ ਇਹ ਜੋ ਖਾਈ ਹੈ ਕਸੌਲੀ ਦੇ ਵਿੱਚ ਮੈਨੂੰ ਬਹੁਤ ਡਰਾਉਂਦੀ ਹੈ, ਅਤੇ ਇਹ ਮੈਂ ਪਹਿਲੀ ਵਾਰ ਆਈ ਹਾਂ, ਆਖਰੀ ਵਾਰ। ਅਤੇ ਇੱਥੋਂ ਤੁਸੀਂ ਜੋ ਆਪਣੀ ਮੈਮਰੀਜ਼ ਲੈ ਕੇ ਚੱਲੇ ਹੋ ਆਪਣੇ ਨਾਲ, ਜੋ ਤੁਹਾਡੇ ਸੈਸ਼ਨ ਨੂੰ ਬਹੁਤ ਹੁੰਗਾਰਾ ਮਿਲਿਆ, ਸ਼ਹਿਰ ਦੀਆਂ ਕਿ ਸੈਸ਼ਨ ਦੀਆਂ ਵੀ, ਸ਼ਹਿਰ ਦੀਆਂ? ਸ਼ਹਿਰ ਦੀਆਂ ਤਾਂ ਮੈਨੂੰ ਬਹੁਤ ਡਰਾਵਦੀਆਂ ਮੈਮਰੀਜ਼ ਮੈਂ ਲੈ ਕੇ ਜਾ ਰਹੀ ਹਾਂ। ਕੱਲ੍ਹ ਰਾਤੀ ਜਦੋਂ ਮੈਂ ਵਾਪਸ ਜਾ ਰਹੀ ਸੀਗੀ, ਮੈਨੇ ਆਪਣੀ ਐਨਕ ਉਤਾਰ ਦਿੱਤੀ ਕਿਉਂਕਿ ਮੈਂ ਦੇਖ ਨਹੀਂ ਸਕਦੀ ਸੀ, ਟੁੱਟੀ ਸੜਕ ਅਤੇ ਥੱਲੇ ਇੰਨਾ ਖੱਡ, ਮੈਨੂੰ ਲੱਗਿਆ ਮੈਂ ਮਰ, ਆਖਰੀ ਮੇਰੀ ਯਾਤਰਾ ਹੋਣ ਵਾਲੀ ਹੈ। ਪਰ ਇਹ ਫੈਸਟੀਵਲ ਦੀ ਬੜੀ ਅੱਛੀ ਮੈਮਰੀਜ਼ ਨੇ, ਬਹੁਤ ਚੰਗੇ ਸੈਸ਼ਨ ਰਹੇ ਨੇ, ਬਹੁਤ ਚੰਗੇ। ਥੈਂਕ ਯੂ ਵੈਰੀ ਮੱਚ ਮੈਮ, ਉਮੀਦ ਅਸੀਂ ਕਰਦੇ ਹਾਂ ਕਿ ਤੁਸੀਂ ਆਪਣੇ ਡਰ ਨੂੰ ਓਵਰਕਮ ਕਰ ਪਾਓ ਅਤੇ ਅਗਲੇ ਜਿਹੜਾ ਐਡੀਸ਼ਨ ਹੋਏ ਉਹਦੇ 'ਚ ਵੀ ਜ਼ਰੂਰ। ਮੈਂ ਕਦੀ ਨਹੀਂ ਆਉਣਾ, ਸੌਰੀ। ਥੈਂਕ ਯੂ ਵੈਰੀ ਮੱਚ।